ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬਹੁਤ ਵੱਡਾ ਸ਼ਾਹੂਕਾਰ ਸੀ ਬਹੁਤ ਧਨਾੜ ਬੰਦਾ ਸੀ ਇੱਕ ਦਿਨ ਬੈਠਾ ਆਪਣੀ ਜਾਇਦਾਦ ਦਾ ਜਿਹੜਾ ਹਿਸਾਬ-ਕਿਤਾਬ ਲਗਾ ਰਿਹਾ ਸੀ ਆਪਣੇ ਅਕਾਊਂਟੈਂਟ ਨਾਲ ਬੈਠ ਕੇ ਮੁਨੀਮ ਦੇ ਨਾਲ ਬੈਠ ਕੇ ਤਾਂ ਉਹਨੇ ਵੇਖਿਆ ਕਿ ਜੇ ਉਹਦੀਆਂ 6 ਪੀੜੀਆਂ ਬੈਠ ਕੇ ਵੀ ਖਾਣ ਤੇ ਇਹ ਜਿਹੜੀ ਜਾਇਦਾਦ ਹੈ ਮੁੱਕਦੀ ਨਹੀਂ ਹੈ ਕਿ ਪਰ ਉਹਨੂੰ ਇਹ ਲੱਗਿਆ ਕਿ ਜਿਹੜੀ 7ਵੀਂ ਪੀੜੀ ਹੈਗੀ ਆ ਉਹਨੂੰ ਥੋੜੀ ਫਾਈਨੈਂਸ਼ੀਅਲੀ ਜਿਹੜੀ ਹੈ ਪ੍ਰੋਬਲਮ ਆ ਸਕਦੀ ਹੈਗੀ ਐ ਤੋਂ ਬੜਾ ਚਿੰਤਤ ਹੋਇਆ ਕਿ ਮੇਰੀ 7ਵੀਂ ਪੀੜ੍ਹੀ ਦਾ ਕੀ ਹੋਏਗਾ 6 ਪੀੜ੍ਹੀਆਂ ਤਾਂ ਠੀਕ ਠਾਕ ਉਹਨਾਂ ਦਾ ਟਾਈਮ ਲੰਘ ਸਕਦਾ ਹੈਗਾ ਜੇ ਨਾ ਵੀ ਕੁਝ ਕਰਨ ਤੇ 7ਵੀਂ ਪੀੜ੍ਹੀ ਦਾ ਕੀ ਹੋਏਗਾ ਉਹ ਬੜਾ ਚਿੰਤਾ ਦੇ ਵਿੱਚ ਸੀ ਤੇ ਆਪਣੇ ਜੋ ਵੀ ਉਹ ਮਹਾਪੁਰਸ਼ਾਂ ਨੇ ਮੰਨਦਾ ਸੀ ਤੇ ਉਹਨਾਂ ਦੇ ਕੋਲ ਗਿਆ ਕਹਿੰਦਾ ਕਿ ਮਹਾਰਾਜ ਕਿ ਮੈਂ ਵੇਖਿਆ ਕਿ ਮੇਰੀਆਂ 6 ਪੀੜ੍ਹੀਆਂ ਤਾਂ ਆਰਾਮ ਨਾਲ ਬੈਠ ਕੇ ਖਾ ਸਕਦੀਆਂ ਹੈਗੀਆਂ 7ਵੀਂ ਪੀੜ੍ਹੀ ਜਿਹੜੀ ਹੈਗੀ ਆ ਉਹਨੂੰ ਤੰਗੀ ਤੁਰਸ਼ੀ ਥੋੜੀ ਹੋ ਸਕਦੀ ਹੈਗੀ ਤਾਂ ਉਹਦਾ ਕੋਈ ਉਪਾਅ ਦੱਸੋ ਉਹ ਪੰਚਾਇਤ ਮਹਾਪੁਰਸ਼ ਸੀ ਉਹਨੇ ਉਸ ਨੂੰ ਇੱਕ ਟੈਸਟ ਦੇ ਵਿੱਚ ਪਾਇਆ ਉਹਨੂੰ ਕਿਹਾ ਕਿ ਤੂੰ ਇੱਕ ਐਦਾਂ ਕਰਕੇ ਤੇਰੀ ਇਹ ਸੱਤਵੀਂ ਪੀੜ੍ਹੀ ਵੀ ਜਿਹੜੀ ਹੈਗੀ ਆ ਉਹ ਵੀ ਠੀਕ ਠਾਕ ਗੁਜ਼ਾਰਾ ਕਰ ਲਵੇਗੀ ਪਰ ਤੂੰ 20 ਕਿਲੋ ਆਟਾ ਲੈ ਕੇ ਨਾ ਕਿਸੇ ਮਹਾਪੁਰਸ਼ ਨੂੰ ਜਿਹੜਾ ਹੈਗਾ ਦਾਨ ਕਰਕੇ ਆ ਤੇ ਫਿਰ ਜਿਹੜੀ ਹੈਗੀ ਤੇਰੀ ਸੱਤਵੀਂ ਪੀੜ੍ਹੀ ਵੀ ਜਿਹੜੀ ਆ ਉਹ ਬਿਲਕੁਲ ਆਰਾਮ ਨਾਲ ਜਿਹੜੀ ਇਸੇ ਚਾਇਦਾ ਤੇ ਸਮਾਂ ਕੱਟ ਲੇਗੀ ਉਹਨੇ 20 ਕਿਲੋ ਆਟਾ ਚੱਕਿਆ ਤੇ ਕਿਸੇ ਮਹਾਪੁਰਸ਼ ਨੂੰ ਲੱਭਿਆ ਤੇ ਉਹਦੇ ਕੋਲ ਗਿਆ ਉਹਨਾਂ ਸਾਰੀ ਜਾਣ ਕੇ ਆਪਣੀ ਸਟੋਰੀ ਸਮਝਾਈ ਕਿ ਆ ਮੈਨੂੰ ਜਿਹੜਾ ਹੈਗਾ ਪੀ ਮੇਰੇ ਮਹਾਪੁਰਸ਼ਾਂ ਨੇ ਕਿਹਾ ਹੈਗਾ ਤੇ ਆ ਮੈਂ ਆਟਾ ਲੈ ਕੇ ਆਇਆ 20 ਕਿਲੋ ਤੇ ਤੁਸੀਂ ਇਹ ਜਿਹੜਾ ਹੈਗਾ ਰੱਖ ਲਓ ਤਾਂ ਉਹਨੇ ਆਪਣੇ ਜਿਹੜਾ ਉਹਦਾ ਸੇਵਾਦਾਰ ਸੀ ਉਹਨੂੰ ਪੁੱਛਿਆ ਪੀ ਆਪਾਂ ਕਹਤਾ ਵੇਖ ਪੀ ਆਪਣੇ ਕੋਲ ਕਿੰਨਾ ਕੁ ਆਟਾ ਪਿਆ ਹੋਇਆ ਤਾਂ ਉਹਨੇ ਭਗਤ ਨੇ ਵੇਖਿਆ ਤੇ ਜਵਾਬ ਦਿੱਤਾ ਕਿ ਬਾਬਾ ਜੀ ਆਪਣੇ ਕੋਲ ਤਾਂ ਇਤਨੇ ਮਹੀਨੇ ਦਾ ਜਿਹੜਾ ਆਟਾ ਪਿਆ ਹੋਇਆ ਤੋ ਮਹਾਪੁਰਸ਼ ਨੇ ਉਸ ਬੰਦੇ ਨੂੰ ਕਿਹਾ ਸ਼ਾਹੂਕਾਰ ਨੂੰ ਕਿਹਾ ਵੀ ਦੇਖ ਪਾਈ ਸਾਡੇ ਕੋਲ ਤਾਂ ਇਤਕ ਮਹੀਨੇ ਦਾ ਆਟਾ ਪਿਆ ਹੋਇਆ ਤੂੰ ਉਹ ਬੰਦਾ ਲੱਭ ਜਾ ਕੇ ਜਿਹਦੇ ਕੋਲ ਪਈ ਜਿਹਨੂੰ ਜਾਦੀ ਲੋੜ ਹੈ ਕਿ ਮੇਰੇ ਤੂੰ ਤੇ ਮੈਨੂੰ ਇਹਦੀ ਲੋੜ ਨਹੀਂ ਹੈਗੀ ਉਹ ਫਿਰ ਗਿਆ ਫਿਰ ਉਹ ਲੱਭਦਾ ਰਿਹਾ ਫਿਰ ਇੱਕ ਉਹਨੂੰ ਕੋਈ ਏਦਾਂ ਮਹਾਪੁਰਸ਼ ਮਿਲਿਆ ਫਿਰ ਉਹਨੂੰ ਸਾਰੀ ਆਪਣੀ ਕਹਾਣੀ ਜਾ ਕੇ ਦੱਸੀ ਕਿ ਮੇਰੀ ਤੁਸੀਂ ਭੇਟਾ ਸਵਿਕਾਰ ਕਰੋ ਕਿਉਂਕਿ ਮੇਰੀ ਜਿਹੜੀ ਸਤਵੀਂ ਪੀੜ੍ਹੀ ਹੈ ਉਹ ਤਾਂ ਹੀ ਸੁખી ਰਹਿ ਸਕਦੀ ਹੈਗੀ ਜੇ ਤੁਸੀਂ ਇਹ ਮੇਰਾ ਆਟਾ ਜਿਹੜਾ ਸਵਿਕਾਰ ਕਰੋ ਤਾਂ ਉਹ ਮਹਾਪੁਰਸ਼ ਨੇ ਵੀ ਆਪਣੀ ਘਰ ਵਾਲੀ ਨੂੰ ਕਿਹਾ ਪੀਪਾ ਵਨ ਵੇਖੀ ਆਪਣੇ ਕੋਲ ਆਟਾ ਕਿੰਨਾ ਕਿ ਹੈ ਤਾਂ ਉਹਦੀ ਘਰ ਵਾਲੀ ਨੇ ਆਟਾ ਵੇਖ ਕੇ ਕਿਹਾ ਕਿ ਸਵਾਮੀ ਜੀ ਸਾਡੇ ਕੋਲ ਤੇ ਕਿ 7 ਦਿਨ ਦਾ ਆਟਾ ਜਿਹੜਾ ਹੈਗਾ ਪਿਆ ਹੈਗਾ ਵੀ ਹਫਤਾ ਆਪਣਾ ਆਰਾਮ ਨਾਲ ਲੰਘ ਜਾਣਾ ਹੈਗਾ ਤਾਂ ਮਹਾਪੁਰਸ਼ਾਂ ਨੇ ਸ਼ਾਹੂਕਰ ਨੂੰ ਕਿਹਾ ਵੀ ਸਾਡੇ ਕੋਲ ਤੇ ਕਿ ਹਫਤੇ ਦਾ ਆਟਾ ਪਿਆ ਹੋਇਆ ਪਰ ਤੂੰ ਉਹ ਬੰਦਾ ਲੱਭ ਜਿਹਨੂੰ ਅੱਜ ਲੋੜ ਹੋਵੇ ਤਾਂ ਫਿਰ ਤੁਰ ਪਿਆ ਫਿਰ ਉਹਨੇ ਜਾ ਕੇ ਜਿਹੜਾ ਹੈਗਾ ਵੀ ਫਿਰ ਇੱਕ ਮਹਾਪੁਰਸ਼ ਕੋਲ ਲੱਭੇ ਤਾਂ ਉਹਨੇ ਅੱਗੇ ਜਾ ਕੇ ਫਿਰ ਬੇਨਤੀ ਕੀਤੀ ਕਿ ਆ ਮੈਂ ਇੱਕ ਉਪਾਅ ਕਰਨਾ ਹੈਗਾ ਤਾਂ ਕਿ ਜਿਹੜੀ ਮੇਰੀ ਸਤਵੀਂ ਪੀੜ੍ਹੀ ਹੈਗੀ ਆ ਕਿ ਉਹ ਵੀ ਜਿਹੜੀ ਆ ਆਰਾਮ ਨਾਲ ਬਹਿ ਕੇ ਜਿਹੜੀ ਹੈ ਉਹ ਰੋਟੀ ਖਾ ਸਕੇ ਤੇ ਆ ਮੇਰੀ ਭੇਟਾ ਸਵਕਾਰ ਕਰੋ ਵੀ ਕਿਲੋ ਆਟੇ ਦੀ ਤਾਂ ਉਹ ਮਹਾਪੁਰਸ਼ ਵੀ ਜਿਹੜੀ ਗੱਲ ਸਮਝ ਕੇ ਉਹਨੇ ਆਪਣੀ ਘਰਵਾਲੀ ਨੂੰ ਕਿਹਾ ਭਾਗਵਾਨ ਨੇ ਵੇਖੀ ਵੀ ਆਪਣੇ ਕੋਲ ਕਿੰਨਾ ਕੁ ਆਟਾ ਪਿਆ ਹੈਗਾ ਤਾਂ ਉਹਨੇ ਕਿਹਾ ਕਿ ਖੁੰਦੇ ਡੰਗ ਤਾਂ ਤੇ ਸਾਡੇ ਕੋਲ ਆਟਾ ਹੈਗਾ ਪੇ ਸ਼ਾਮ ਨੂੰ ਫਿਰ ਵੇਖੀ ਜਾਏਗੀ ਤਾਂ ਉਹ ਮਹਾਪੁਰਸ਼ ਨੇ ਵੀ ਉਸ ਸ਼ਾਹੂਕਰ ਨੂੰ ਇਹ ਹੀ ਜਵਾਬ ਦਿੱਤਾ ਕਿ ਦੇਸਪਰੇ ਲੋਕਾਂ ਪੀ ਸਾਡੇ ਕੋਲ ਤੇ ਹੁੰਦੇ ਡੰਗਦਾ ਹੈਗਾ ਤੂੰ ਉਹ ਬੰਦਾ ਜਾ ਕੇ ਲੱਭ ਜਿਹਨੂੰ ਹੁੰਦੇ ਡੰਗਦਾ ਵੀ ਆਟਾ ਨਹੀਂ ਹੈਗਾ ਤੇ ਉਹਨੂੰ ਤੂੰ ਜਾ ਕੇ ਤੇ ਤਾਂ ਉਸ ਸ਼ੌਕਰ ਦੇ ਲੋਕੰਡੇ ਖੜੇ ਹੋ ਗਏ ਉਹਦੀਆਂ ਅੱਖਾਂ ਖੁੱਲ ਗਈਆਂ ਕਿ ਦੇਖੋ ਇੱਕ ਦੇ ਕੋਲ ਮਹੀਨੇ ਦਾ ਆਟਾ ਪਿਆ ਉਹ ਵੀ ਪ੍ਰਵਾਹ ਨਹੀਂ ਕਰ ਰਿਹਾ ਇੱਕ ਦੇ ਕੋਲ ਹਫਤੇ ਦਾ ਆਟਾ ਪਿਆ ਉਹ ਵੀ ਪ੍ਰਵਾਹ ਨਹੀਂ ਕਰ ਰਿਹਾ ਹੈਗਾ ਇੱਕ ਦੇ ਕੋਲ ਸਿਰਫ ਹੁੰਦੇ ਡੰਗਦਾ ਹੈਗਾ ਉਹਨੂੰ ਅਗਲੇ ਡੰਗ ਦਾ ਵੀ ਫਿਕਰ ਨਹੀਂ ਹੈਗਾ ਉਹ ਮੇਰੇ 20 ਕਿਲੋ ਆਟੇ ਨੂੰ ਸਵਾਰ ਨਹੀਂ ਕਰ ਰਿਹਾ ਤੇ ਮੈਂ ਸਤਵੀਂ ਪੀੜ੍ਹੀ ਤੱਕ ਦਾ ਜਿਹੜਾ ਹੈ ਫਿਕਰ ਕਰੀ ਜਾ ਰਿਹਾ ਹੈਗਾ ਮੇਰੇ ਤੋਂ ਵੱਡਾ ਜਿਹੜਾ ਮੂਰਖ ਕੌਣ ਹੋਏਗਾ ਪੌਲਸ ਆੜੀ ਕਹਾਣੀ ਸਮਝ ਗਿਆ ਕਿ ਉਹਦੇ ਮਹਾਪੁਰਸ਼ ਨੇ ਜਿਹੜਾ 20 ਕਿਲੋ ਆਟਾ ਦਾਨ ਕਰਨ ਵਾਸਤੇ ਲੋਡਵੰਦ ਨੂੰ ਕਿਉਂ ਕਿਹਾ ਸੀ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈਗੀ ਹੈ ਕਿ ਐਵੇਂ ਸਾਨੂੰ ਬਹੁਤੀਆਂ ਜਣੀਆਂ ਲੰਬੀਆਂ ਫਿਕਰਾਂ ਨਹੀਂ ਕਰਨੀਆਂ ਚਾਹੀਤੀਆਂ ਹੈਗੀਆਂ ਅੱਜ ਦਾ ਤਾਂ ਥੋੜੀ ਜਿਹੀ ਨੇੜੇ ਪੁਵੇਖਦਾ ਸਾਨੂੰ ਜਰੂਰ ਸੋਚ ਲੈਣਾ ਚਾਹੀਦਾ ਹੈਗਾ ਪਰ ਇੰਨਾ ਵੀ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਕਿ ਅਸੀਂ 7ਵੀਂ ਪੀੜ੍ਹੀ ਤੱਕ ਦਾ ਜਿਹੜਾ ਹੈਗਾ ਉਹ ਚਿੰਤਾ ਕਰਦੇ ਰਹੀਏ ਆਸ ਹੈ ਕਿ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਚੰਗੀ ਲੱਗੀ ਤਾਂ ਲਾਈਕ ਤੇ ਕਰ ਹੀ ਦੇਣੀ ਆ ਸ਼ੇਅਰ ਵੀ ਜਰੂਰ ਕਰ ਦਿਓ ਤਾਂ ਕਿ ਕਿਸੇ ਨਾ ਕਿਸੇ ਨੂੰ ਜੜੀ ਹੈ ਇਹਦੀ ਕੋਈ ਫਾਇਦਾ ਹੋ ਜਾਵੇ ਪਰ ਇਥੇ ਮੈਂ ਜਰੂਰ ਕਹਿਣਾ ਚਾਹਾਂਗਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਲੋਕ ਬੇਤਹਾਸ਼ਾ ਜਿਹੜੀ ਹੈ ਉਹ ਸ਼ਾਪਿੰਗ ਕਰ ਰਹੇ ਨੇ ਉਹਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਧੰਨਵਾਦ